ਤੁਸੀਂ ਦੇਖ ਰਹੇ ਹੋ ਦੈਨਿਕਸਾ ਟੀਵੀ, ਮੈਂ ਹਾਂ ਸੰਦੀਪ ਸ਼ਰਮਾ। ਸੋ ਅੱਜ ਦੇ ਅਜੋਕੇ ਸਮੇਂ 'ਚ ਡਿਜੀਟਲ ਜਿੱਥੇ ਮੋਬਾਈਲ ਦਾ ਜਿਹੜਾ ਜ਼ਮਾਨਾ ਆ ਚੁੱਕਾ, ਤਾਂ ਕਿਤੇ ਕਿਤੇ ਆ ਕੇ ਹੁਣ ਸ਼ਾਤਰੀ ਠੱਗਾਂ ਵੱਲੋਂ ਜਿਹੜੇ ਨਵੇਂ ਪੈਂਤਰੇ ਅਪਣਾ ਕੇ ਵੱਡੇ ਵੱਡੇ ਲੋਕਾਂ ਨੂੰ, ਉਦਯੋਗਪਤੀਆਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ। ਸੋ ਤਾਜ਼ਾ ਮਾਮਲਾ ਤੁਹਾਨੂੰ ਦਿਖਾ ਰਿਹਾ, ਲੁਧਿਆਣਾ ਨਹੀਂ ਪੰਜਾਬ ਨਹੀਂ, ਦੇਸ਼ ਦੀ ਸਭ ਤੋਂ ਵੱਡੀ ਮੰਨੀ ਜਾਂਦੀ ਇੰਡਸਟਰੀ ਵਰਧਮਾਨ ਮਿਲ ਗਰੁੱਪ ਦੇ ਜਿਹੜਾ CMD ਯਾਨੀ ਕਿ ਚੇਅਰਮੈਨ ਕਮ ਡਾਇਰੈਕਟਰ ਮਾਲਕ MD SP ਓਸਵਾਲ ਨਾਲ ਦਿੱਲੀ ਦੇ ਕੁਛ ਸ਼ਾਤਰੀ ਠੱਗਾਂ ਨੇ, ਯਾਨੀ ਤਕਰੀਬਨ 2 ਠੱਗ ਦੱਸੇ ਜਾਂਦੇ ਆ, ਲੇਕਿਨ ਹਜੇ ਜਾਂਚ ਦਾ ਵਿਸ਼ਾ ਠੱਗ ਕਿੰਨੇ ਹੋ ਸਕਦੇ ਆ। 7 ਕਰੋੜ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ। ਸੋ ਇਹ ਮਾਮਲਾ ਕੀ ਹੈ ਤੁਹਾਨੂੰ ਦੱਸ ਦਈਏ ਕਿ SP ਓਸਵਾਲ ਜਿਹੜੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਹੈ ਵਰਧਮਾਨ ਮਿਲ ਗਰੁੱਪ ਦੇ, ਤਾਂ ਕਿਤੇ ਕਿਤੇ ਆ ਕੇ ਉਹਨਾਂ ਨੂੰ ਇੱਕ ਫੋਨ ਆਉਂਦਾ ਆ, ਜਿਹੜਾ ਠੱਗ ਹੁੰਦਾ ਆ ਉਹ ਬਕਾਇਦਾ ਇੰਗਲਿਸ਼ ਲੈਂਗੁਏਜ ਦੇ ਵਿੱਚ ਹਾਈ ਕੁਆਲੀਫਾਈਡ ਹੋ ਕੇ ਆਪਣੇ ਨੂੰ ਸਾਬਿਤ ਕਰਕੇ ਉਹ ਗੱਲ ਕਰਦਾ ਹੈ ਕਿ ਤੁਹਾਡਾ ਸੁਪਰੀਮ ਕੋਰਟ ਵੱਲੋਂ, ਯਾਨੀ ਕਿ ਮਾਫ਼ ਕਰਨਾ, ਹਾਈ ਕੋਰਟ ਵੱਲੋਂ ਤੁਹਾਡੀ ਪ੍ਰੋਪਰਟੀ ਨੂੰ ਸੀ ਕਰਨ ਵਾਸਤੇ ਅਤੇ ਤੁਹਾਡੇ ਅਰੈਸਟ ਵਾਰੰਟ ਦਾ ਤੁਹਾਡਾ ਮਾਮਲਾ ਸਾਹਮਣੇ ਆਇਆ, ਤਾਂ ਕਿਤੇ ਨਾ ਕਿਤੇ ਆ ਕੇ ਜਦੋਂ SP ਓਸਵਾਲ ਇਸ ਗੱਲ ਨੂੰ ਸਾਰੀ ਜਾਂਚ ਗੱਲ ਕਰਦੇ ਤਾਂ ਪੁੱਛਗਿੱਛ ਕਰਦੇ, ਤਾਂ ਕਿਤੇ ਕਿਤੇ ਆ ਕੇ ਉਹ ਜਿਹੜਾ ਠੱਗ ਹੁੰਦਾ ਉਹਨਾਂ ਨੂੰ ਕੁਛ ਦੇਰ ਬਾਅਦ ਫੇਰ ਫੋਨ ਕਰਦਾ, ਤਾਂ ਉਸ ਤੋਂ ਬਾਅਦ ਜਦੋਂ SP ਓਸਵਾਲ ਸਾਰੀ ਗੱਲਬਾਤ ਕਰਦੇ ਤਾਂ ਕਿਤੇ ਆ ਕੇ ਠੱਗ ਬਕਾਇਦਾ ਉਹਨਾਂ ਨਾਲ ਇੰਗਲਿਸ਼ ਸਾਰੀ ਗੱਲਬਾਤ ਕਰਕੇ ਉਹਨਾਂ ਨੂੰ ਆਪਣੇ ਝਾਂਸੇ 'ਚ ਲੈਂਦਾ, ਤਾਂ ਉਹਨਾਂ ਦੀ ਇਮੇਜ ਨੂੰ ਖਰਾਬ ਹੋਣ ਤੋਂ ਬਚਾਉਣ, ਅਤੇ ਫੈਕਟਰੀ ਦੀ ਜਿਹੜੀ ਹੋਰ ਜਿਹੜੀ ਵਰਧਮਾਨ ਮਿਲ ਗਰੁੱਪ ਜਿਹੜਾ ਹੈਗਾ ਬਹੁਤ ਵੱਡਾ ਇੰਪਾਇਰ ਹੈਗਾ ਨਾ ਵਰਧਮਾਨ ਦਾ, ਤਾਂ ਉਹਨਾਂ ਨੂੰ ਬਦਨਾਮੀ ਤੋਂ ਬਚਣ ਵਾਸਤੇ ਉਹਨਾਂ ਨੂੰ 7 ਕਰੋੜ ਦੀ ਠੱਗੀ ਕਰਦਾ ਹੈ, ਤਾਂ ਕਿਤੇ ਕਿਤੇ ਆ ਕੇ SP ਓਸਵਾਲ ਵੀ ਇਸ ਝਾਂਸੇ 'ਚ ਆ ਜਾਂਦੇ, ਤਾਂ ਉਹਨਾਂ ਨੂੰ 7 ਕਰੋੜ ਰੁਪਇਆ ਦੇ ਦਿੰਦੇ ਆ। ਤੋ ਕਿਤੇ ਕਿਤੇ ਆ ਕੇ ਜਦੋਂ ਬਾਅਦ ਦੇ ਵਿੱਚ SP ਓਸਵਾਲ ਸਾਰੇ ਜਾਂਚ ਦਾ ਆਪਣੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਆ, ਤਾਂ ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਦਿੰਦੇ ਆ, ਤਾਂ ਇਹ ਸਾਰਾ ਮਾਮਲਾ ਸਾਹਮਣੇ ਆਉਂਦਾ ਹੈ ਕਿ ਜਿਹੜੇ ਠੱਗ ਹੁੰਦੇ ਆ ਉਹ ਜਿਹੜੇ ਉਹ ਸ਼ਖਸ ਜਿਹੜੇ ਨੇ ਗੱਲ ਕੀਤੀ ਆ ਉਹ ਸ਼ਾਤਰੀ ਠੱਗ ਆ ਜਿਹਨਾਂ ਨੇ 7 ਕਰੋੜ ਠੱਗੀ ਕਰ ਲਈ ਆ, ਤਾਂ ਉਸ ਤੋਂ ਬਾਅਦ SP ਓਸਵਾਲ ਜਿਹੜੇ MD ਹੈ ਵਰਧਮਾਨ ਮਿਲ ਗਰੁੱਪ ਦੇ, ਉਹ ਆਪਣੀ ਸ਼ਿਕਾਇਤ ਲੁਧਿਆਣਾ ਪੁਲਿਸ ਨੂੰ ਅਤੇ ਸਾਈਬਰ ਕ੍ਰਾਈਮ ਨੂੰ ਰਿਪੋਰਟ ਦਰਜ ਕਰਾਉਂਦੇ ਆ। ਤੋ ਕਿਤੇ ਕਿਤੇ ਆ ਕੇ ਅੱਜ ਸਾਈਬਰ ਕ੍ਰਾਈਮ ਵੀ ਇਸ ਸਾਰੇ ਮਾਮਲੇ ਉੱਤੇ ਪਰਦਾ ਚੱਕਦਾ, ਤਾਂ ਸੂਤਰਾਂ ਹਵਾਲੇ ਇਹ ਵੀ ਖਬਰ ਆਈ ਹੈ ਕਿ ਲੁਧਿਆਣਾ ਪੁਲਿਸ ਨੇ ਇੱਕ ਸ਼ਾਤਰੀ ਠੱਗ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ, ਲੇਕਿਨ ਕਿਸੇ ਨਾ ਕਿਤੇ ਆ ਕੇ ਕੋਈ ਵੀ ਪੁਲਿਸ ਦਾ ਅਧਿਕਾਰੀ ਇਸ ਬਾਬਤ ਸਾਹਮਣੇ ਕੈਮਰੇ ਸਾਹਮਣੇ ਬੋਲਣ ਤੋਂ ਹਰਾ ਗੁਰੇਜ਼ ਕਰ ਰਿਹਾ, ਕਿਉਂਕਿ ਦੱਸ ਦੀ ਕਿ ਜਿਹੜੇ ਵਰਧਮਾਨ ਮਿਲ ਦੇ ਜਿਹੜੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਹੈ ਉਹ ਪਦਮ ਭੂਸ਼ਣ ਨਾਲ 2008-10 ਦੇ ਵਿੱਚ ਉਹਨਾਂ ਨੂੰ ਪਦਮ ਭੂਸ਼ਣ ਮਿਲਿਆ ਸੀ, ਤਾਂ ਕਿਤੇ ਆ ਕੇ ਇੱਕ ਨੋਬਲ ਕਾਜ਼ ਵੀ ਕਰਦੇ ਆ, ਕਾਫੀ ਹਸਪਤਾਲਾਂ ਵਿੱਚ ਦਾਨ ਵੀ ਕਰਦੇ ਆ, ਤਾਂ ਕਿਤੇ ਕਿਤੇ ਆ ਕੇ ਆਪਣੀ ਇਮੇਜ ਬਚਾਉਣ ਵਾਸਤੇ ਉਹ ਸ਼ਾਤਰ ਠੱਗਾਂ ਦੇ ਝਾਂਸੇ 'ਚ ਆ ਗਏ, ਤਾਂ 7 ਕਰੋੜ ਰੁਪਇਆ ਦਿੱਤਾ ਆ। ਤਾਂ ਫਿਲਹਾਲ ਸਾਈਬਰ ਕ੍ਰਾਈਮ ਅਤੇ ਲੁਧਿਆਣਾ ਪੁਲਿਸ ਸਾਰੀ ਇਸ ਮਾਮਲੇ ਦੀ ਜਾਂਚ ਬਰੀਕੀ ਨਾਲ ਕਰ ਰਹੀ ਹੈ, ਕਿਤੇ ਕਿਤੇ ਆ ਕੇ ਜਿਹੜੇ ਠੱਗ ਹੁੰਦੇ ਦਿੱਲੀ ਤੋਂ ਹੈਗਾ ਇੱਕ ਲੁਧਿਆਣੇ ਸ਼ਾਤਰੀ ਠੱਗ ਨੂੰ ਗ੍ਰਿਫਤਾਰ ਕਰ ਲਏ ਗਿਆ, ਲੇਕਿਨ ਕਿਸੇ ਨਾ ਕਿਤੇ ਆ ਕੇ ਜਿਹੜੇ ਸ਼ਾਤਰੀ ਠੱਗ ਆ ਉਹ ਕਿਸ ਤਰ੍ਹਾਂ ਦੇ ਪੈਂਤਰੇ ਅਪਣਾਉਂਦੇ, ਤਾਂ ਐਡੇ ਵੱਡੇ ਜਿਹੜੇ ਅੰਪਾਇਰ ਹੁੰਦੇ ਆ, ਉਦਯੋਗਪਤੀ ਹੁੰਦੇ ਆ, ਕਿਸ ਤਰ੍ਹਾਂ ਠੱਗੀ ਦਾ ਸ਼ਿਕਾਰ ਬਣਦੇ ਆ, ਕਿਸ ਤਰ੍ਹਾਂ ਦੀ ਉਹਨਾਂ ਨੇ ਲੈਂਗੁਏਜ ਯੂਜ਼ ਕੀਤੀ ਆ, ਤਾਂ ਕਿ ਕਿਸੇ ਵੀ ਤਰ੍ਹਾਂ ਦੇ ਉਦਯੋਗਪਤੀ ਨੂੰ ਉਹਨਾਂ ਦਾ ਸ਼ੱਕ ਨਾ ਹੋਵੇ, ਬਕਾਇਦਾ ਉਹਨਾਂ ਨੂੰ ਕਾਨੂੰਨ ਦੀ ਪੂਰੀ ਨੌਲੇਜ ਸੀ ਠੱਗਾਂ ਨੂੰ, ਤਾਂ ਬਕਾਇਦਾ ਕਾਨੂੰਨੀ ਪ੍ਰਕਿਰਿਆ ਦਾ ਜਿਹੜਾ ਉਹਨਾਂ ਗੱਲਬਾਤ ਕੀਤੀ ਆ, ਤਾਂ ਸਾਰੇ ਝਾਂਸੇ ਜਾ ਕੇ ਵਰਧਮਾਨ ਗਰੁੱਪ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ SP ਓਸਵਾਲ ਉਹਨਾਂ ਦੇ ਝਾਂਸੇ ਆ ਜਾਂਦੇ ਆ। ਸੋ ਇਹ ਸਾਰਾ ਮਾਮਲਾ ਲੁਧਿਆਣਾ ਪੁਲਿਸ ਦੇ ਨਾਂ ਨਾਲ ਹਾਇਰ ਜਿਹੜੀ ਪੁਲਿਸ ਅਥਾਰਟੀ ਕੋਲ ਵੀ ਪਹੁੰਚ ਚੁੱਕਾ, ਤਾਂ ਕਿਤੇ ਕਿਤੇ ਆ ਕੇ ਹੁਣ
ਸ਼ਾਤਰੀ ਜਿਹੜਾ ਠੱਗ ਹੈ ਇੱਕ ਉਹਨਾਂ ਦੀ ਪੁਲਿਸ ਗ੍ਰਿਫਤਾਰ ਦੇ ਵਿੱਚ ਹੈਗਾ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੰਨੇ ਉਹਦੇ ਸਾਥੀ ਹੋਣਗੇ, ਖੈਰ ਇਹ ਤਾਂ ਹੁਣ ਲੁਧਿਆਣਾ ਪੁਲਿਸ ਇਸ ਦੀ ਇੱਕ ਪ੍ਰੈਸ ਕਾਨਫਰੰਸ ਦੇ ਜ਼ਰੀਏ ਕਰਕੇ ਉਹਨਾਂ ਦਾ ਖੁਲਾਸਾ ਕਰੇਗਾ। ਲੇਕਿਨ ਕਿਤੇ ਕਿਤੇ ਆ ਕੇ ਪੰਜਾਬ ਦੇ ਹੀ ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀ ਵਰਧਮਾਨ ਗਰੁੱਪ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ SP ਓਸਵਾਲ ਨੂੰ ਸ਼ਾਤੀ ਠੱਗਾਂ ਨੇ 7 ਕਰੋੜ ਦੀ ਠੱਗੀ ਦਾ ਆਪਣਾ ਸ਼ਿਕਾਰ ਬਣਾਇਆ। ਸੋ ਇਸ ਸਾਰੇ ਮਾਮਲੇ ਦਾ ਅੱਜ ਕਿਤੇ ਕਿਤੇ ਆ ਕੇ ਲੁਧਿਆਣਾ ਪੁਲਿਸ ਸਾਹਿਬੇ ਕਰਾਮ ਇਸ ਸਾਰੇ ਠੱਗਾਂ ਦੇ ਜਿਹੜੇ ਕਾਰਨਾਮੇ ਤੋਂ ਪਰਦਾ ਉਠਾ ਸਕਦੀ ਹੈ। ਕੈਮਰਾਮੈਨ ਬੋਬੀ ਨਾਲ ਸੰਦੀਪ ਸ਼ਰਮਾ, ਦੈਨਿਕ TV ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।